ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਸਿੱਧੂ। ਸੋ ਅੱਜ ਅਸੀਂ ਹੁਸ਼ਿਆਰਪੁਰ ਵਿੱਚ ਆਏ ਹੋਏ ਹਾਂ। ਸੋ ਹੁਸ਼ਿਆਰਪੁਰ ਦੇ ਵਿੱਚ ਅੱਜ ਇੱਕ NGO ਦਾ ਇਨੋਗਰੇਸ਼ਨ ਸੀ। ਸੋ ਮੈਨੂੰ ਬਹੁਤ ਪਹਿਲਾਂ ਤਾਂ ਮੈਨੂੰ ਜਦੋਂ ਮੈਨੂੰ ਪਤਾ ਲੱਗਾ ਕਿ NGO ਦਾ ਇਨੋਗਰੇਸ਼ਨ ਹੈ ਅਤੇ ਇਸ ਕਰਕੇ ਮੈਂ ਇਨਵਾਈਟਿਡ ਹਾਂ, ਥੋੜ੍ਹਾ ਮੈਨੂੰ ਡਿਫਰੈਂਟ ਲੱਗਾ ਕਿ NGO ਦੇ ਇਨੋਗਰੇਸ਼ਨ ਦੀ ਯੂਨੋ ਕੀ ਜ਼ਰੂਰਤ ਆ। ਬਟ ਫਿਰ ਮੈਂ ਜਦੋਂ ਇਹਨੂੰ ਵਿਸਥਾਰ ਨਾਲ ਸੋਚਿਆ, ਜਦੋਂ ਮੇਰੇ ਮਨ ਵਿੱਚ ਆਇਆ ਕਿ ਹਾਂ ਕਿਸੇ ਨੇ ਇਨੀਸ਼ੀਏਟਿਵ ਲਿਆ ਹੈ ਇੱਕ ਯੂਨੋ ਇੱਕ ਨੀਂਹ ਰੱਖਣ ਦਾ ਅਤੇ ਇੱਕ ਪ੍ਰੋਸੈਸ ਨਾਲ ਜਿਹੜਾ ਵਾ ਚੱਲਣਾ ਚਾਹੁੰਦੇ ਨੇ। ਸੋ NGO ਨੂੰ ਸਟਾਰਟ ਕਰਨਾ ਅਤੇ ਉਹਦਾ ਇੱਕ ਛੋਟਾ ਜਿਹਾ ਆਫਿਸ ਖੋਲ੍ਹਣਾ ਅਤੇ ਉਸ ਤੋਂ ਬਾਅਦ ਉਹਦੇ ਵਿੱਚ ਡਿਫਰੈਂਟ ਓਬਜੈਕਟਿਵਸ 'ਤੇ ਕੰਮ ਕਰਨਾ ਸ਼ੁਰੂ ਕਰਨਾ, ਇੱਕ ਔਰਗਨਾਈਜ਼ਡ ਵੇ ਨਾਲ ਕੰਮ ਕਰਨਾ ਅਤੇ ਇੱਕ ਅੱਜ ਦੀ ਪੀੜ੍ਹੀ ਦੁਆਰਾ ਔਰਗਨਾਈਜ਼ਡ ਵੇ ਨਾਲ ਜਦੋਂ ਕੰਮ ਕੀਤਾ ਜਾਂਦਾ ਹੈ ਤਾਂ ਬਹੁਤ ਹੀ ਜ਼ਿਆਦਾ ਅੱਛਾ ਲੱਗਦਾ ਹੈ। ਸੋ ਜਦੋਂ ਕਿ ਮੈਂ ਬਹੁਤ ਵਾਰੀ ਹਰ ਵਾਰੀ ਮੈਂ ਕਹਿੰਦੀ ਹਾਂ ਕਿ ਹਾਂ ਔਰਗਨਾਈਜ਼ੇਸ਼ਨ ਵਾਂਗੂ ਹੀ ਸਾਨੂੰ NGO 'ਚ ਕੰਮ ਕਰਨਾ ਚਾਹੀਦਾ, ਬੜਾ ਕਲੀਅਰ ਕੱਟ ਹਿਸਾਬ ਹੋਣਾ ਚਾਹੀਦਾ, ਇੱਕ ਪ੍ਰੋਸੈਸ ਫੋਲੋ ਕਰਨਾ ਚਾਹੀਦਾ। ਸੋ ਅੱਜ ਸੇਮ ਹੀ ਮੈਂ ਇੱਕ NGO ਦਾ ਆਫਿਸ ਦੇਖਣ ਤੋਂ ਬਾਅਦ ਮੈਨੂੰ ਲੱਗਾ ਕਿ ਵਾਕਈ ਇੱਕ ਜਿਹੜਾ ਪ੍ਰੋਸੈਸ ਦੇ ਹਿਸਾਬ ਨਾਲ ਜਾਂ ਇੱਕ ਤਰੀਕੇ ਨਾਲ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ। ਬਹੁਤ ਵਾਰ ਜਿਵੇਂ ਕਿ ਮੇਰੀ NGO ਦਾ ਪਹਿਲਾਂ ਕੋਈ ਆਫਿਸ ਨਹੀਂ ਸੀ, ਸੋ ਬਾਅਦ 'ਚੋਂ ਮੈਂ ਆਪਣੀ ਕੰਪਨੀ ਦੇ ਨਾਲ ਹੀ NGO ਦਾ ਆਫਿਸ ਕਲੱਬ ਕਰ ਲਿਆ। ਸੋ ਇੱਕ ਔਰਗਨਾਈਜ਼ਡ ਵੇ ਬਣ ਗਿਆ ਜਿੱਥੇ ਬਾਅਦ 'ਚੋਂ ਸਾਰੇ ਮੈਨੂੰ ਮਿਲਣ ਆ ਸਕਦੇ ਸੀ, ਜਿੱਥੇ ਅਸੀਂ ਬੱਚਿਆਂ ਨੂੰ ਪੜ੍ਹਾ ਸਕਦੇ ਸੀ। ਸੋ ਇੱਕ ਜਿਹੜੀ ਸ਼ੁਰੂਆਤ ਆ ਉਹ ਸ਼ੁਰੂ ਹੋ ਜਾਂਦੀ ਹੈ। ਸੋ ਸਾਰਿਆਂ ਦੇ ਸਹਿਯੋਗ ਦੇ ਨਾਲ, ਜਿਵੇਂ ਕਿ ਇੱਥੇ ਲੋਕਲ ਟੈਂਟ ਸਰਵਿਸ ਹੈਗੀ ਸੀ, ਲੋਕਲ ਸਾਊਂਡ ਸਿਸਟਮ ਸੀ, ਸੋ ਸਾਰਿਆਂ ਨੇ ਹੁਸ਼ਿਆਰਪੁਰ ਵਿੱਚ ਰਿਸ਼ੀ ਜੀ ਨੇ ਜਿਨ੍ਹਾਂ ਨੇ ਆਪਣੀ ਇੱਕ NGO ਸਟਾਰਟ ਕੀਤੀ ਆ ਆਪਣੇ ਬ੍ਰਦਰ ਦੇ ਨਾਮ 'ਤੇ, ਵਿਕਾਸ ਕੁਮਰਾ ਵੈਲਫੇਅਰ ਸੁਸਾਇਟੀ। ਉਹਨਾਂ ਦੇ ਬ੍ਰਦਰ ਦੀ 21 ਈਅਰਸ ਦੀ ਏਜ ਵਿੱਚ ਡੈਥ ਹੋ ਗਈ ਸੀ, ਬਟ ਉਹ ਆਪਣੇ ਬ੍ਰਦਰ ਦਾ ਨੂੰ ਹਮੇਸ਼ਾ ਹੀ ਯੂਨੋ ਜ਼ਿੰਦਾ ਵੇਖਣਾ ਚਾਹੁੰਦੇ ਆ, ਸਾਰਿਆਂ ਦੇ ਮੂੰਹ 'ਤੇ ਉਹਨਾਂ ਦਾ ਨਾਮ ਚੜਿਆ ਹੋਵੇ ਇਹ ਚਾਹੁੰਦੇ ਨੇ। ਉਹਨਾਂ ਦੀ ਯਾਦਗਾਰ ਦੇ ਵਿੱਚ ਉਹਨਾਂ ਨੇ ਇਹ NGO ਦੀ ਸਥਾਪਨਾ ਕੀਤੀ, NGO ਹੈਲਥ ਕੇਅਰ ਵਿਕਾਸ ਕੁਮਰਾ ਸੁਸਾਇਟੀ ਹੁਸ਼ਿਆਰਪੁਰ। ਸੋ ਉਹਨਾਂ ਦੇ ਪਰਿਵਾਰ ਨੂੰ ਵੀ ਅੱਜ ਮੈਨੂੰ ਮਿਲਣ ਦਾ ਮੌਕਾ ਮਿਲਿਆ, ਬਹੁਤ ਹੀ ਸਾਧਾਰਨ ਜਿਹਾ ਪਰਿਵਾਰ ਸੀ, ਬਹੁਤ ਮੈਨੂੰ ਜ਼ਿਆਦਾ ਅੱਛਾ ਲੱਗਾ ਉਹਨਾਂ ਨੂੰ ਮਿਲ ਕੇ ਸਾਰਿਆਂ ਨੂੰ ਹੀ। ਸੋ ਆਪਣੀ ਸਿਸਟਰ ਅਤੇ ਮਦਰ ਦੇ ਨਾਲ ਆਪਣੀ ਫੈਮਲੀ ਵਿੱਚ ਰਹਿੰਦੇ ਆ, ਬੜੀ ਛੋਟੀ ਜਿਹੀ ਫੈਮਲੀ ਆ, ਉਹਨਾਂ ਦੇ ਫਾਦਰ ਦੀ ਵੀ 10 ਈਅਰਸ ਪਹਿਲਾਂ ਡੈਥ ਹੋ ਗਈ ਆ। ਸੋ ਇੰਨੀਆਂ ਜ਼ਿਆਦੀਆਂ ਦਿੱਕਤਾਂ ਤੋਂ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇਹ ਇਨੀਸ਼ੀਏਟਿਵ ਲਿਆ ਕਿ ਉਹ ਇੱਕ NGO ਖੋਲ੍ਹਣਾ ਚਾਹੁੰਦੇ ਨੇ। ਆਪਣੇ ਸਾਰੇ ਫਰੈਂਡਸ ਦਾ ਨਾਲ ਰਲ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਬਲੱਡ ਡੋਨੇਸ਼ਨ 'ਤੇ ਕੰਮ ਕਰਨਾ ਸ਼ੁਰੂ ਕੀਤਾ। ਅੱਜ ਉਹਨਾਂ ਨੇ 5 ਫੈਮਲੀਜ਼ ਨੂੰ ਰਾਸ਼ਨ ਦਿੱਤਾ ਮੇਰੀ ਪ੍ਰੈਜੈਂਸ ਦੇ ਵਿੱਚ, ਅਤੇ ਉਹਨਾਂ ਨੇ ਅੱਗੋਂ ਵੀ ਡਿਫਰੈਂਟ ਓਬਜੈਕਟਿਵ ਸੋਚੇ ਕਿ ਹਾਂ ਕਿਹੜੇ ਕਿਹੜੇ ਓਬਜੈਕਟਿਵਸ 'ਤੇ NGO ਕੰਮ ਕਰੇਗੀ। ਉਸ ਤੋਂ ਪਹਿਲਾਂ ਜਿਹੜਾ ਸਭ ਤੋਂ ਅੱਛਾ ਕੰਮ ਕੀਤਾ ਹੁਸ਼ਿਆਰਪੁਰ ਦੇ ਵਿੱਚ ਹੀ ਉਹਨਾਂ ਨੇ ਇੱਕ ਆਪਣਾ ਆਫਿਸ ਬਣਾਇਆ ਆਪਣੇ ਦੋਸਤਾਂ ਦੇ ਸਹਿਯੋਗ ਦੇ ਨਾਲ, ਸਾਰਿਆਂ ਦੇ ਯੂਨੋ ਸਾਰਿਆਂ ਦੀ ਗੁੱਡ ਵਿਸ਼ਿਜ਼ ਦੇ ਨਾਲ ਉਹਨਾਂ ਨੇ ਸਭ ਤੋਂ ਪਹਿਲਾਂ ਆਪਣਾ ਆਫਿਸ ਇੱਕ ਜਿਹੜਾ ਕਿ ਸ਼ੁਰੂਆਤ ਸ਼ੁਰੂ ਕੀਤੀ, ਜੋ ਕਿ ਮੈਨੂੰ ਬਹੁਤ ਹੀ ਜ਼ਿਆਦਾ ਅੱਛਾ ਲੱਗਾ। ਹੁਸ਼ਿਆਰਪੁਰ ਦੇ ਜਿਹੜੇ ਨਿਵਾਸੀ ਸਾਰੇ ਮੈਨੂੰ ਦੇਖਦੇ ਨੇ, ਜਿਹੜੇ ਫੈਨ ਸਾਨੂੰ ਫੋਲੋ ਕਰਦੇ ਨੇ, ਜਿੰਨਾ ਸਦਕਾ ਅੱਜ ਮੈਂ ਇੱਥੇ ਹਾਂ ਕਿ ਮੈਂ ਟਾਂਗਰਾ ਤੋਂ ਹੁਸ਼ਿਆਰਪੁਰ ਆ ਗਈ ਹਾਂ ਸਪੈਸ਼ਲ ਆਪਣੇ ਦੂਸਰੇ NGO ਦੇ ਜਿਹੜੇ ਕੰਮ ਕਰਨ ਵਾਲੇ ਉਹਨਾਂ ਨੂੰ ਇਨਕਰੇਜ ਕਰਨ ਲਈ ਇੰਨੀ ਦੂਰ ਆ ਗਈ ਹਾਂ, ਤੁਹਾਡੇ ਸਦਕਾ ਹੀ ਮੈਂ ਇੱਥੋਂ ਤੱਕ ਅੱਜ ਆਈ ਹਾਂ। ਸੋ ਜਿਹੜੇ ਹੁਸ਼ਿਆਰਪੁਰ ਦੇ ਸਾਰੇ ਵਿਊਅਰਸ ਨੇ ਉਹਨਾਂ ਨੂੰ ਰਿਕੁਐਸਟ ਆ ਕਿ ਤੁਸੀਂ ਇਸ NGO ਨੂੰ ਆ ਕੇ ਕੰਗਰੈਚੁਲੇਸ਼ਨਸ ਕਹੋ ਅਤੇ ਇਹਨਾਂ ਦਾ ਇੱਥੇ ਆ ਕੇ ਸਾਥ ਦਿਓ ਕਿ ਉਹਨਾਂ ਨੂੰ ਹੋਰ ਹੌਸਲਾ ਮਿਲੇ ਕਿ ਹਾਂ ਅਸੀਂ ਇੱਕ ਅੱਛਾ ਕੰਮ ਕਰਨਾ। ਸੋ ਮੈਂ ਤੁਹਾਨੂੰ ਇਹਨਾਂ ਦਾ ਆਫਿਸ ਦਿਖਾਵਾਂਗੀ। ਹਾਂਜੀ, ਸੋ ਚਾਂਦਨਗਰ ਦੇ ਵਿੱਚ NGO ਹੈਲਥ ਕੇਅਰ ਦੇ ਨਾਮ 'ਤੇ ਇਹਨਾਂ ਨੇ ਆਪਣਾ ਇੱਕ ਛੋਟਾ ਜਿਹਾ ਆਫਿਸ ਜਿਹੜਾ ਸੈਟਅਪ ਕੀਤਾ, ਜਿਹਦੇ ਵਿੱਚ ਸਾਰੇ ਹੁਸ਼ਿਆਰਪੁਰ ਦੇ ਜਿਹੜੇ ਵੋਲੰਟੀਅਰਸ ਆ ਉਹਨਾਂ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਆ। ਮੇਰਾ ਹਮੇਸ਼ਾ ਸਹਿਯੋਗ ਰਹੇਗਾ ਕਿ ਮੈਂ ਇਹਨੂੰ ਹਮੇਸ਼ਾ ਪ੍ਰਮੋਟ ਕਰਦੀ ਰਹਾਂ, ਜੋ ਵੀ ਅੱਛਾ ਕੰਮ ਆ ਉਹ ਆਡੀਅੰਸ ਤੱਕ ਪਹੁੰਚਾਵਾਂ। ਤੁਸੀਂ ਮੈਨੂੰ ਫੀਡਬੈਕ ਦੇ ਸਕਦੇ ਹੋ ਜਾਂ ਤੁਸੀਂ ਕੋਈ ਵੀ ਕੇਸ ਜਿਹੜਾ ਇੱਥੇ ਲੈ ਕੇ ਆ ਸਕਦੇ ਹੋ, ਇਹ ਡਿਸਕਸ ਕਰ ਸਕਦੇ ਹੋ ਇਹਨਾਂ ਕੋਲ ਟਾਈਮ ਲੈ ਕੇ, ਬਿਕੋਜ਼ ਉਹ ਖੁਦ ਆਪਣਾ ਵੀ ਕੰਮ ਕਰਦੇ ਨੇ। ਪਹਿਲਾਂ ਵੀ ਮੈਂ ਹਰ ਵਾਰੀ ਹਰ ਵੀਡੀਓ 'ਚ ਦੱਸਦੀ ਹਾਂ ਕਿ ਜਿਹੜੇ ਵੀ NGO ਨੂੰ ਖੋਲ੍ਹਣਾ ਚਾਹੁੰਦੇ ਨੇ, ਜੇ ਉਹ ਕਿੱਤਾ ਮੁਖੀ ਹੈਗੇ ਨੇ, ਉਹਨਾਂ ਨੂੰ ਸਭ ਤੋਂ ਪਹਿਲਾਂ ਮੇਰੀ ਨੂੰ ਨੰਬਰ 1 'ਤੇ ਬਹੁਤ ਜ਼ਿਆਦਾ ਮੇਰੇ ਵੱਲੋਂ ਰਿਸਪੈਕਟ ਹੈ ਕਿ ਜਿਹੜੇ ਖੁਦ ਵੀ ਕਮਾਉਂਦੇ ਨੇ ਅਤੇ ਨਾਲ ਨਾਲ ਜਿਹੜੀ NGO ਵਿੱਚ ਵੀ ਕੰਮ ਕਰਦੇ ਨੇ ਜਾਂ ਉਹਨੂੰ ਇਸਟੈਬਲਿਸ਼ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਨੇ, ਬਿਕੋਜ਼ ਫਿਰ ਉਹ ਹਮੇਸ਼ਾ ਹੀ
ਡੋਨਰਸ 'ਤੇ ਡਿਪੈਂਡ ਨਹੀਂ ਰਹਿੰਦੇ, ਹਮੇਸ਼ਾ ਉਹਨਾਂ ਦੇ ਲਿੰਕਸ ਵੀ ਬਣੇ ਰਹਿੰਦੇ ਨੇ ਅਤੇ ਡੋਨਰਸ ਲਿਆਉਣੇ ਵੀ ਉਹਨਾਂ ਲਈ ਥੋੜ੍ਹੇ ਈਜ਼ੀ ਹੋ ਜਾਂਦੇ ਨੇ। ਸੋ ਵੀਡੀਓ ਨੂੰ ਸ਼ਾਰਟ ਕਰਦੇ, ਮੈਂ ਚਾਹੁੰਦੀ ਕਿ ਤੁਸੀਂ ਰਿਸ਼ੀ ਜੀ ਨੂੰ ਮਿਲੋ, ਬਹੁਤ ਥੱਕੇ ਹੋਏ ਨੇ ਕੱਲ੍ਹ ਦੇ, ਬਿਕੋਜ਼ ਬੜਾ ਹੀ ਅੱਛਾ ਉਹਨਾਂ ਨੇ ਈਵੈਂਟ ਅੱਜ ਕੰਡਕਟ ਕੀਤਾ। 6-7 ਉਹਦੇ ਵਿੱਚ ਗੈਸਟ ਸੀ, ਸੋ 5 ਪੂਰੀਆਂ ਫੈਮਿਲੀਜ਼ ਸੀ ਜਿਨ੍ਹਾਂ ਤੋਂ ਉਹਨਾਂ ਨੇ ਅੱਜ ਸ਼ੁਰੂਆਤ ਕੀਤੀ ਆ ਇਸ ਐਨ ਜੀ ਓ ਦੀ, ਹਾਲਾਂਕਿ ਉਹ ਪਹਿਲਾਂ ਵੀ ਬਲੱਡ ਡੋਨੇਸ਼ਨ ਜਿਹੜਾ ਵਾ ਉਹ ਕਰਦੇ ਆ ਰਹੇ ਨੇ। ਸੋ ਰਿਸ਼ੀ ਜੀ ਨਾਲ ਮੈਂ ਚਾਹੂੰਗੀ ਤੁਸੀਂ ਮਿਲੋ, ਅਤੇ ਅਸੀਂ ਰਿਸ਼ੀ ਜੀ ਤੋਂ ਬਸ ਇਹ ਜਾਣਾਂਗੇ ਕਿ ਉਹ ਕਿਹੜੀਆਂ ਕਿਹੜੀਆਂ ਦੇ ਕਿਹੜੇ ਕਿਹੜੇ ਓਬਜੈਕਟਿਵਸ 'ਤੇ ਹੁਸ਼ਿਆਰਪੁਰ ਵਿੱਚ ਕੰਮ ਕਰਨਗੇ, ਕਿੱਦਾਂ ਕਿੱਦਾਂ ਦੇ ਕੇਸਿਸ ਆ ਜਿਹੜੇ ਤੁਸੀਂ ਰਿਸ਼ੀ ਜੀ ਨਾਲ ਗੱਲ ਕਰ ਸਕਦੇ ਹੋ। ਇਹ ਨਹੀਂ ਕਿ ਤੁਸੀਂ ਰਿਸ਼ੀ ਜੀ 'ਤੇ ਜ਼ਿੰਮੇਵਾਰੀ ਪਾ ਦੇਣੀ ਹੈ, ਰਿਸ਼ੀ ਜੀ ਕੋਸ਼ਿਸ਼ ਕਰਨਗੇ ਕਿ ਹਾਂ ਉਸ ਮਸਲੇ ਨੂੰ ਹੱਲ ਕੀਤਾ ਜਾਏ, ਉਸ ਕੇਸ ਦੀ ਹੈਲਪ ਹੋਵੇ ਕਿਸੇ ਨਾ ਕਿਸੇ ਤਰੀਕੇ ਨਾਲ। ਸੋ ਰਿਸ਼ੀ ਜੀ ਸਾਨੂੰ ਦੱਸਣਗੇ ਕਿ ਕਿਹੜੇ ਕਿਹੜੇ ਓਬਜੈਕਟਿਵਸ 'ਤੇ ਉਹਨਾਂ ਦੀ ਐਨ ਜੀ ਓ ਕੰਮ ਕਰੇਗੀ, ਉਹ ਆਪਣਾ ਫੋਨ ਨੰਬਰ ਦੱਸਣਗੇ, ਤੁਸੀਂ ਮੈਸੇਜ ਕਰਕੇ ਉਹਨਾਂ ਨੂੰ ਗੁੱਡ ਵਿਸ਼ਿਜ਼ ਦਿਓ ਕਿ ਹਾਂ ਕੰਗਰੈਚੁਲੇਸ਼ਨਸ ਕਿ ਤੁਸੀਂ ਨਿਊ ਐਨ ਜੀ ਓ ਖੋਲਿਆ, ਅਤੇ ਪੂਰੀ ਤੁਸੀਂ ਇਨਕਰੇਜ, ਐਟਲੀਸਟ ਤੁਸੀਂ ਜੇ ਡੋਨੇਸ਼ਨ ਨਹੀਂ ਕਰ ਸਕਦੇ, ਮਨੀ ਦੀ ਹੈਲਪ ਨਹੀਂ ਕਰ ਸਕਦੇ, ਤੁਸੀਂ ਵਾਲੰਟੀਅਰ ਕਰ ਸਕਦੇ ਹੋ, ਨਾਲ ਜਾ ਕੇ ਹੈਲਪ ਕਰ ਸਕਦੇ ਹੋ, ਅਤੇ ਐਟਲੀਸਟ ਉਹਨਾਂ ਨੂੰ ਗੁੱਡ ਵਿਸ਼ਿਜ਼ 'ਤੇ ਤੁਸੀਂ ਭੇਜ ਹੀ ਸਕਦੇ ਹੋ। ਸੋ ਰਿਸ਼ੀ ਜੀ ਨਾਲ ਗੱਲ ਕਰਦੇ ਹਾਂ। ਨਮਸਤੇ ਜੀ। ਨਮਸਤੇ ਜੀ। ਹਾਂਜੀ ਰਿਸ਼ੀ ਜੀ, ਬਤਾਈਏ ਕਿ ਆਪਕਾ ਐਨ ਜੀ ਓ ਜੋ ਹੈ ਕਿਸ ਕਿਸ ਓਬਜੈਕਟਿਵ ਤੇ ਕੰਮ ਕਰੇਗਾ, ਮਤਲਬ ਕੈਸੇ ਕੇਸਿਸ ਹੈ ਜੋ ਆਪਸੇ ਹੈਲਪ ਲੈ ਸਕਤੇ ਹੈਂ। ਮੈਮ ਇੱਕ ਤਾਂ ਅਸੀਂ ਮਤਲਬ ਹੁਸ਼ਿਆਰਪੁਰ ਦੇ ਵਿੱਚ ਪੰਜਾਬ ਦੇ ਵਿੱਚ ਹੀ ਬਲੱਡ ਦੀ ਕਰ ਰਹੇ ਸੇਵਾ ਜਿਹੜੀ ਸਾਡੀ ਚੱਲ ਰਹੀ ਹੈ ਬਲੱਡ ਦੀ, ਕਿਸੇ ਨੂੰ ਵੀ ਬਲੱਡ ਦੀ ਲੋੜ ਹੋਵੇ ਆਪਾਂ ਮਤਲਬ ਕਿ 15-20 ਮਿੰਟ ਅੱਧੇ ਘੰਟੇ ਵਿੱਚ ਅਰੇਂਜ ਕਰਵਾ ਦਈਦਾ, ਲੇਟਨੈਸ ਵਗੈਰਾ ਸੈੱਲ ਵਗੈਰਾ ਕੁਛ ਵੀ ਚਾਹੀਦਾ ਹੋਣ। ਦੂਸਰੇ ਨੰਬਰ 'ਤੇ ਮੈਮ ਹੁਣ ਆਪਾਂ ਸ਼ੁਰੂ ਕੀਤਾ ਹੈ ਰਾਸ਼ਨ ਦੇਣਾ ਹਰ ਪਰਿਵਾਰ ਦੇ ਵਿੱਚ, ਜ਼ਰੂਰਤਮੰਦ ਪਰਿਵਾਰ ਜਿਨ੍ਹਾਂ ਦੇ ਘਰ ਵਿੱਚ ਜਿਨ੍ਹਾਂ ਦੇ ਹਸਬੈਂਡ ਹੈ ਮਤਲਬ ਉਹ ਮਤਲਬ ਕੰਮ ਨਹੀਂ ਕਰ ਸਕਦੇ ਉਹਨਾਂ ਵਾਸਤੇ, ਜਾਂ ਜਿਨ੍ਹਾਂ ਦੇ ਹਸਬੈਂਡ ਨਹੀਂ ਹੈ ਘਰ 'ਚ ਕਮਾਉਣ ਵਾਲਾ ਕੋਈ ਨਹੀਂ ਹੈ, ਮਤਲਬ ਲੋਕਾਂ ਦੇ ਘਰਾਂ 'ਚ ਜਾ ਕੇ ਕੰਮ ਕਰਦੇ ਜਿਹੜੀ ਲੇਡੀਜ਼, ਉਹਨਾਂ ਨੂੰ ਰਾਸ਼ਨ ਦੇਈਦਾ ਹੈ, ਇਹ ਚੱਲ ਰਿਹਾ। ਦੂਜਾ ਤੀਸਰਾ ਮੈਮ ਆਪਾਂ ਜਿੱਦਾਂ ਕੋਈ ਗਰੀਬ ਪਰਿਵਾਰ ਹੈ ਉਹਨਾਂ ਦਾ ਕੋਈ ਪੇਸ਼ੈਂਟ ਹੋਸਪਿਟਲ ਵਿੱਚ ਦਾਖਲ ਹੈ, ਉਹਨਾਂ ਨੂੰ ਮਦਦ ਦੀ ਜ਼ਰੂਰਤ ਹੈ, ਪੈਸਾ ਬਹੁਤ ਜ਼ਿਆਦਾ ਲੱਗ ਰਿਹਾ ਜਿਸ ਕਾਰਨ ਉਹਨਾਂ ਦਾ ਘਰ ਪਰਿਵਾਰ ਬਹੁਤ ਕੁਛ ਵਿਕ ਜਾਂਦਾ ਹੈ, ਅਤੇ ਉਹਦੇ ਕਾਰਨ ਹੀ ਉਹ ਬਹੁਤ ਮਤਲਬ ਕਰਾ ਨਹੀਂ ਸਕਦੇ ਇਲਾਜ, ਫਿਰ ਵੀ ਆਪਾਂ ਉਹਨਾਂ ਦੀ ਵੀ ਹੈਲਪ ਕਰੀ ਦੀ ਹੈ। ਇੱਕ ਦੂਸਰੇ ਨੰਬਰ 'ਤੇ ਮੈਮ ਇੱਕ ਬਾਕੀ ਆਪਾਂ ਆਹ ਜਿਹੜਾ ਸੋ ਬਹੁਤ ਬਹੁਤ ਸ਼ੁਕਰੀਆ ਰਿਸ਼ੀ ਜੀ ਦਾ। ਮੈਂ ਤੁਹਾਨੂੰ ਦੱਸਣਾ ਚਾਹਾਂਗੀ ਮੇਰੇ ਇਸ ਐਨ ਜੀ ਓ ਵਿੱਚ ਅੱਜ ਆਉਣ ਦਾ ਮਕਸਦ, ਇੰਨੀ ਦੂਰੋਂ ਇਸ ਐਨ ਜੀ ਓ 'ਚ ਪਹੁੰਚਣ ਦਾ ਮਕਸਦ ਮੈਂ ਦੁਬਾਰਾ ਦੱਸਣਾ ਚਾਹਾਂਗੀ ਕਿ ਮੇਰੇ ਕੋਲ ਇੱਕ ਕੇਸ ਆਇਆ ਸੀ ਜਿਹੜਾ ਮੈਨੂੰ ਫੋਨ 'ਤੇ ਇੱਕ ਰਿਲੇਟਿਵ ਪੂਰਾ ਯੂਨੋ ਰੋ ਕੇ ਕਹਿ ਰਿਹਾ ਸੀ ਕਿ ਮੇਰਾ ਦੂਸਰਾ ਰਿਲੇਟਿਵ ਬਹੁਤ ਜ਼ਿਆਦਾ ਬਿਮਾਰ ਆ ਅਤੇ ਤੁਸੀਂ ਪਲੀਜ਼ ਉਹਦੀ ਹੈਲਪ ਕਰ ਦਿਉ। ਅਤੇ ਉਦੋਂ ਮੈਂ ਵੀ ਮੈਨੂੰ ਪਤਾ ਨਾ ਲੱਗੇ ਕਿ ਮੈਂ ਕੀ ਕਰਾਂ, ਉਹਨਾਂ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਵਿੱਚ ਨੇ, ਸੋ ਬੜਾ ਹੀ ਸੀਰੀਅਸ ਕੇਸ ਉਹਨਾਂ ਨੇ ਮੈਨੂੰ ਦੱਸਿਆ। ਹਾਲਾਂਕਿ ਅਸੀਂ ਬੜਾ ਫੋਕਸਡ ਕੰਮ ਕਰਦੇ ਹਾਂ ਜਿਵੇਂ ਕਿ ਅਸੀਂ ਸ਼ੋਅ ਗਿਵਿੰਗ 'ਤੇ ਕੰਮ ਕਰਦੇ ਹਾਂ, ਅਤੇ ਬਹੁਤ ਸਾਰੇ ਕੇਸਿਸ ਆ ਜਿਹਨਾਂ ਦੀ ਮੈਨੂੰ ਰੋਜ਼ ਹਜ਼ਾਰਾਂ ਹੀ ਯੂਨੋ ਕਾਲਸ, ਮਿਸ ਕਾਲਸ ਜਾਂ ਬਹੁਤ ਸਾਰੇ ਸਾਨੂੰ ਮੈਸੇਜਿਸ ਆਉਂਦੇ ਰਹਿੰਦੇ, ਈਮੇਲਸ ਆਉਂਦੀਆਂ, ਬਟ ਅਸੀਂ ਸਿਰਫ ਸ਼ੋਅ ਗਿਵਿੰਗ 'ਤੇ ਆਪਣਾ ਫੋਕਸ ਰੱਖਿਆ। ਪਰ ਡੈਫੀਨੇਟਲੀ ਅਸੀਂ ਇਹਨਾਂ 'ਤੇ ਕਰ ਹੀ ਸਕਦੇ ਹਾਂ ਕਿ ਅਸੀਂ ਜਿਸ ਤਰ੍ਹਾਂ ਦਾ ਕੇਸ ਆ ਉਹਨੂੰ ਦੂਸਰੀ ਐਨ ਜੀ ਓ ਜਾਂ ਲੋਕੇਸ਼ਨ ਨਾਲ ਜੋੜਨ ਦੀ ਕੋਸ਼ਿਸ਼ ਕਰੀਏ। ਸੋ ਇਸੇ ਕੋਸ਼ਿਸ਼ ਵਿੱਚ ਮਨਪ੍ਰੀਤ ਸਿੰਘ ਤਨੇਜਾ ਜੋ ਕਿ ਫਰੀਦਕੋਟ ਤੋਂ ਨੇ, ਉਹਨਾਂ ਨੇ ਮੈਨੂੰ ਰਿਸ਼ੀ ਜੀ ਦਾ ਨੰਬਰ ਦਿੱਤਾ ਕਿ ਇਹਨਾਂ ਨਾਲ ਤੁਸੀਂ ਗੱਲ ਕਰੋ। ਫਿਰ ਮੈਂ ਵੀ ਸੋਚਿਆ ਕਿ ਜਿਵੇਂ ਅੰਮ੍ਰਿਤਸਰ 'ਚ ਬਹੁਤ ਸਾਰੀਆਂ ਐਨ ਜੀ ਓਜ਼ ਨੇ, ਲੁਧਿਆਣੇ 'ਚ ਬੜੀਆਂ ਐਨ ਜੀ ਓਜ਼ ਨੇ, ਹੋ ਸਕਦਾ ਹੁਸ਼ਿਆਰਪੁਰ ਵਿੱਚ ਵੀ ਹੋਣ, ਅਤੇ ਉਹ ਇਸੇ ਕੋਜ਼ 'ਤੇ ਕੰਮ ਕਰ ਰਹੀਆਂ ਹੋਣ ਜਿਹਦੇ ਵਿੱਚ ਉਹ ਪੇਸ਼ੈਂਟ ਨੂੰ ਖੁਦ ਵਿਜ਼ਿਟ ਕਰਕੇ ਉਹਦੀ ਹੈਲਪ ਕਰ ਸਕਣ। ਅਤੇ ਰਿਸ਼ੀ ਜੀ ਇਸੇ ਦੌਰਾਨ ਫੇਸਬੁੱਕ 'ਤੇ ਮੇਰੇ ਨਾਲ ਕੋਂਟੈਕਟ 'ਚ ਆਏ। ਮੈਂ ਤਾਂ ਬਹੁਤ ਜ਼ਿਆਦਾ ਓਵਰ ਸੀਰੀਅਸਲੀ ਵੀ ਨਹੀਂ ਕਿਹਾ ਰਿਸ਼ੀ ਜੀ ਨੂੰ, ਬਿਕੋਜ਼ ਉਹ ਬਹੁਤ ਦੂਰ ਰਹਿੰਦੇ ਨੇ, ਅਤੇ ਦੂਸਰਾ ਮੈਂ ਉਹਨਾਂ ਨੂੰ ਕਦੀ ਪਹਿਲਾਂ ਮਿਲੀ ਨਹੀਂ। ਸੋ ਫਿਰ ਵੀ ਮੈਂ ਉਹਨਾਂ ਨੂੰ ਫੋਨ 'ਤੇ ਹੀ ਦੱਸਿਆ ਕਿ ਇਸ ਤਰ੍ਹਾਂ ਦਾ ਕੇਸ ਆ ਕਿ ਉਹਨਾਂ ਦੀ ਦਿਮਾਗ ਦੀ ਨਾੜੀ ਕੋਈ ਫਟ ਚੁੱਕੀ ਸੀ ਜਿਹਦੇ ਕਰਕੇ ਪੇਸ਼ੈਂਟ ਬਹੁਤ ਜ਼ਿਆਦਾ ਓਵਰ ਸੀਰੀਅਸ ਸੀ, ਬਿਲਕੁਲ ਉਹ ਕੋਮਾ 'ਚ ਚੱਲ ਗਿਆ ਸੀ। ਅਤੇ ਫਿਰ ਮੈਂ ਰਿਸ਼ੀ ਜੀ ਨੂੰ ਉਹ ਪੇਸ਼ੈਂਟ ਦੀ ਡਿਟੇਲ ਦਿੱਤੀ, ਅਤੇ ਰਿਸ਼ੀ ਜੀ ਨੇ ਉਸ ਕੇਸ ਨੂੰ, ਹਾਲਾਂਕਿ ਉਹ ਬਲੱਡ ਡੋਨੇਸ਼ਨ 'ਤੇ ਕੰਮ ਕਰ ਰਹੇ, ਉਹਨਾਂ ਨੇ ਬਹੁਤ ਸੀਰੀਅਸਲੀ ਉਸ ਕੇਸ ਨੂੰ ਲਿਆ। ਮੈਂ ਹੈਰਾਨ ਹੋ ਗਈ ਜਦੋਂ ਉਹਨਾਂ ਨੇ ਵਟਸਐਪ ਗਰੁੱਪ 300-400 ਬੰਦੇ ਦਾ ਵਟਸਐਪ ਗਰੁੱਪ ਵੀ ਬਣਾਤਾ ਕਨੈਕਟ ਕਰਕੇ ਸਾਰਿਆਂ ਨੂੰ। ਸੋ ਮੋਰ ਦੈਨ 2 ਲੱਖ ਉਹਨਾਂ ਨੇ ਜਿਹੜਾ ਕਿ ਫੰਡ ਰੇਜ਼ ਕੀਤਾ, ਜਿਹੜਾ ਕਿ ਬਹੁਤ ਟਫ ਆ ਮੈਨੂੰ। ਦੇਖੋ ਮੇਰੇ ਪੇਜ ਦੇ ਉੱਪਰ ਮੈਂ ਐਸਿਡ ਅਟੈਕ ਵਾਲੇ ਵਾਸਤੇ ਫੰਡ ਰੇਜ਼ ਕਰਨ ਦੀ ਕੋਸ਼ਿਸ਼ ਕੀਤੀ, ਅਸੀਂ ਸਪਾਈਨਲ ਕੋਰਡ ਇੰਜਰੀ ਵਾਲੇ ਵਾਸਤੇ ਕੋਸ਼ਿਸ਼ ਕੀਤੀ ਫੰਡ ਰੇਜ਼ ਕਰਨ ਦੀ, ਐਜੂਕੇਸ਼ਨ ਵਾਲਾ ਇੱਕ ਲੜਕਾ ਸੀ ਉਹਦੀ ਕੋਸ਼ਿਸ਼ ਕੀਤੀ ਫੰਡ ਰੇਜ਼ਿੰਗ ਕਰਨ ਦੀ, ਜਿਹੜੀ ਕਿ ਨੀਅਰਲੀ 2-2 ਲੱਖ ਸੀ। ਮੇਰੇ ਕੋਲ ਇਹ ਕੰਮ ਜਿਹੜਾ ਨਹੀਂ ਹੋ ਪਾਇਆ, ਮੈਨੂੰ ਇੰਨਾ ਟਫ ਲੱਗਾ, ਮੈਂ ਤਾਂ ਬਹੁਤ ਲਾਈਵ ਵੀਡੀਓਜ਼ ਵੀ ਪਾਈਆਂ, ਪਰ ਰਿਸ਼ੀ ਜੀ ਨੇ ਕਿੰਨਾ ਜ਼ਿਆਦਾ
ਗਰਾਊਂਡ ਲੈਵਲ ਤੇ ਕੰਮ ਕੀਤਾ ਹੋਏਗਾ ਕਿ ਉਹਨਾਂ ਨੇ 2 ਲੱਖ ਪਲੱਸ ਅਮਾਊਂਟ ਜਿਹੜੀ ਆ ਉਹ ਇਕੱਠੀ ਕਰ ਲਈ ਤੇ ਵਿਦ ਇਨ ਡੇਜ਼ ਇਕੱਠੀ ਕਰ ਲਈ। ਸੋ ਜਿਹੜੇ ਕੰਮ ਵਿੱਚ ਦੂਸਰੇ ਮੇਰੇ ਤੋਂ ਬਿਹਤਰ ਨੇ, ਜਿਹੜਾ ਕੰਮ ਵਾਕਈ ਕਿਸੇ ਨੇ ਕਰਕੇ ਵਿਖਾਇਆ, ਉਹਦੀ ਮੈਂ ਪੂਰਾ ਹੀ ਮੈਂ ਉਹਦੀ ਰਿਸਪੈਕਟ ਕਰਦੀ ਹਾਂ ਕਿ ਹਾਂ ਉਹਨਾਂ ਨੇ ਬਹੁਤ ਸਾਰੇ ਕੰਮ ਵਿੱਚ ਮੇਰੇ ਤੋਂ ਕਈ ਗੁਣਾ ਜ਼ਿਆਦਾ ਮਿਹਨਤ ਕੀਤੀ ਜਾਂ ਮੇਰੇ ਦੂਜੇ ਸਾਥੀਆਂ ਨਾਲੋਂ ਕਿ ਜਿਹੜੀ ਉਹਨਾਂ ਨੇ ਬਿਕੋਜ਼ ਏਦਾਂ ਵੀ ਨਹੀਂ ਹੋਇਆ ਕਿ ਉਹਨਾਂ ਨੂੰ 1 ਲੱਖ ਰੁਪਏ ਇਕੱਠਾ ਹੀ ਕਿਸੇ ਨੇ ਦੇਤਾ। ਉਹਨਾਂ ਨੇ ਬਹੁਤ ਛੋਟੀਆਂ ਅਮਾਊਂਟਸ ਪੂਰੀਆਂ ਟੋਟਲ ਕਰਕੇ ਜਿਹੜਾ ਮੋਰ ਦੈਨ 2 ਲੱਖ ਰੁਪਏ ਬਣਾਏ। ਬੜੀ ਮਿਹਨਤ ਲੱਗਦੀ ਹੈ ਫੰਡ ਰੇਜ਼ਿੰਗ ਵਿੱਚ ਵੀ। ਸੋ ਇੱਕ ਫੋਨ ਤੇ ਦੱਸਿਆ ਹੋਇਆ ਕੇਸ ਜਿਹੜਾ ਕਿ ਉਹਨਾਂ ਨੇ ਇੰਨਾ ਸੀਰੀਅਸਲੀ ਲਿਆ ਤੇ ਇੰਨਾ ਅੱਛਾ ਕੰਮ ਕੀਤਾ। ਸੋ ਅੱਛਾਈ ਜਿਹੜੀ ਆ ਉਹ ਬੰਦੇ ਦੀ ਖਿੱਚ ਲਿਆਉਂਦੀ ਹੈ ਸਾਨੂੰ, ਭਾਵੇਂ ਉਹ ਜਿੱਦਾਂ ਦਾ ਮਰਜ਼ੀ ਹੋਵੇ, ਸਾਨੂੰ ਜਾਣਦਾ ਹੋਵੇ ਨਾ ਜਾਣਦਾ ਹੋਵੇ ਜਾਂ ਸਾਡਾ ਰਿਲੇਟਿਵ ਹੋਵੇ ਜਾਂ ਜਿੱਦਾਂ ਮਰਜ਼ੀ ਹੈ, ਬਟ ਇਹ ਕਿ ਦੂਸਰੇ ਦੀ ਜਿਹੜੀ ਅੱਛਾਈ ਆ ਉਹ ਸਾਨੂੰ ਖਿੱਚ ਲਿਆਉਂਦੀ ਆ। ਸੋ ਰਿਸ਼ੀ ਜੀ ਮੈਨੂੰ ਬਹੁਤ ਹੀ ਵਧੀਆ ਇਨਸਾਨ ਲੱਗੇ ਨੇ, ਬਹੁਤ ਹੀ ਮੈਨੂੰ ਉਹਨਾਂ ਦੇ ਪੇਰੈਂਟਸ ਬਹੁਤ। ਸੋ ਹੁਸ਼ਿਆਰਪੁਰ ਵਿੱਚ ਜਿਹੜੇ ਵੀ ਮੈਨੂੰ ਦੇਖ ਰਹੇ ਨੇ ਜਾਂ ਮੇਰਾ ਪੇਜ ਫੋਲੋ ਕਰਦੇ ਨੇ, ਉਹਨਾਂ ਨੂੰ ਰਿਕੁਐਸਟ ਆ ਕਿ ਮੈਨੂੰ ਹੈਲਪ ਕਰਨ ਦੀ ਬਜਾਏ ਤੁਸੀਂ ਲੋਕਲ ਐਨ ਜੀ ਓ ਨੂੰ ਸਪੋਰਟ ਕਰੋ। ਤੁਸੀਂ ਪਲੀਜ਼ ਐਨ ਜੀ ਓ ਹੈਲਥ ਕੇਅਰ, ਕਾਫੀ ਨਾਮ ਮੇਰੇ ਐਨ ਜੀ ਓ ਨਾਲ ਮੈਚ ਕਰ ਰਿਹਾ। ਸੋ ਵਿਕਾਸ ਕੁਮਰਾ ਸੋਸਾਇਟੀ, ਮੈਂ ਵੀ ਚਾਹੁੰਦੀ ਹਾਂ ਕਿ ਹਾਂ ਉਹਨਾਂ ਦੇ ਬ੍ਰਦਰ ਜਿਹੜੇ ਉਹਨਾਂ ਤੋਂ ਵਿਛੜ ਚੁੱਕੇ ਨੇ, ਉਹਨਾਂ ਦਾ ਨਾਮ ਜਿਹੜਾ ਦੁਨੀਆ ਜਾਣਦੀ ਹੋਵੇ, ਤੇ ਹੁਸ਼ਿਆਰਪੁਰ ਵਿੱਚ ਜਦੋਂ ਵੀ ਸਾਡਾ ਐਨ ਜੀ ਓ ਦਾ ਸਾਡੇ ਖਿਆਲ ਆਵੇ ਤੇ ਇਹ ਵੀ ਇੱਕ ਸੋਸਾਇਟੀ ਹੋਵੇ ਜਿਹਦੇ ਵੱਲ ਸਾਡਾ ਧਿਆਨ ਜਾਵੇ। ਸੋ ਲੋਕਲ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਇੱਕ ਇੱਕ ਲੀਡਰ ਦੀ ਵੀ ਹਮੇਸ਼ਾ ਲੋੜ ਆ, ਕਿ ਜਿੱਦਾਂ ਰਿਸ਼ੀ ਜੀ ਇਸ ਚੀਜ਼ ਨੂੰ ਲੀਡ ਕਰ ਹੀ ਰਹੇ ਨੇ। ਸੋ ਸਾਰੇ ਜਿਹੜਾ ਯੂਥ ਆ, ਜਿਹੜੇ ਵਾਲੰਟੀਅਰਸ ਨੇ ਇਸ ਐਨ ਜੀ ਓ ਲਈ ਕੰਮ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਮੇਰੀ ਰਿਕੁਐਸਟ ਆ ਕਿ ਪਲੀਜ਼ ਜਦੋਂ ਵੀ ਤੁਹਾਨੂੰ ਟਾਈਮ ਲੱਗੇ ਤੁਸੀਂ ਵਿਜ਼ਿਟ ਕਰੋ। ਇਸ ਵੀਡੀਓ ਦੇ ਵਿੱਚ ਹੀ ਮੈਂ ਪੂਰਾ ਇੱਕ ਪੋਸਟਰ ਜਿਹੜਾ ਵਾ ਉਹਦੀ ਵੀਡੀਓ ਵੀ ਬਣਾਈ ਸੀ, ਜਿਹੜਾ ਬਾਹਰ ਬੋਰਡ ਲੱਗੇ ਉਹਦੇ 'ਤੇ ਫੋਨ ਨੰਬਰਸ ਵੀ ਲਿਖੇ ਨੇ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਜੇ। ਮੈਂ ਇਸ ਲਾਈਵ ਵੀਡੀਓ ਦੇ ਵਿੱਚ ਵੀ ਇਹਨਾਂ ਦਾ ਨੰਬਰ ਵੀ ਮੈਂਸ਼ਨ ਕਰ ਦਾਂਗੀ ਤਾਂ ਕਿ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕੋ। ਸੋ ਹੁਸ਼ਿਆਰਪੁਰ ਵਿੱਚ ਰਹਿਣ ਵਾਲੇ ਸਾਰੇ ਨਿਵਾਸੀਆਂ ਨੂੰ ਰਿਕੁਐਸਟ ਆ ਕਿ ਤੁਸੀਂ ਐਨ ਜੀ ਓ ਹੈਲਥ ਕੇਅਰ, ਜੋ ਕਿ ਵਿਕਾਸ ਕੁਮਰਾ ਸੋਸਾਇਟੀ ਆ, ਜੋ ਕਿ ਰਿਸ਼ੀ ਜੀ ਅਤੇ ਉਹਨਾਂ ਦੇ ਫਰੈਂਡਸ ਜਿਹੜੇ ਆ, ਉਹਨਾਂ ਦੀ ਫੈਮਿਲੀ ਰਨ ਕਰ ਰਹੀ ਆ, ਉਹਨਾਂ ਨੂੰ ਤੁਸੀਂ ਸਪੋਰਟ ਕਰੋ, ਅੱਛੇ ਕੰਮ ਨੂੰ ਹਮੇਸ਼ਾ ਹੀ ਸਪੋਰਟ ਕਰੋ। ਸੋ ਬਹੁਤ ਬਹੁਤ ਸ਼ੁਕਰੀਆ ਮਨਦੀਪ ਕੌਰ ਸਿੱਧੂ।